पंजाब दे अंदर जिहड़ी नोटिफिकेशन हो चुकी है जो विधानसभा दे विच पास कर दिता गया स्पैशल तौर ते उत्थे भेजिया सैन कराने लई और उत्थे सैन कराने तो बाद साढ़े चार साल के करीब सरकार जिहड़ी आ ਉਹ ਕਾਂਗਰਸ ਦੀ ਆ ਮਾਨ ਯੋਗ ਚਾਰ ਮੁਲਾਜ਼ਮ ਚਾਹੇ ਉਹ ਸਫਾਈ ਕਰਮਚਾਰੀ ਨੇ ਚਾਹੇ ਉਹ ਸੀਵਰਮੈਨ ਨੇ ਚਾਹੇ ਉਹ ਬੇਲਦਾਰ ਨੇ ਜਿਹੜੇ ਨੇ ਉਹਨਾਂ ਸਾਰਿਆਂ ਨੂੰ ਪੱਕਾ ਕੀਤਾ ਜਾਵੇ ਮੈਂ ਇੱਥੇ ਇੱਕ ਤੁਹਾਡੇ ਨਾਲ ਇੰਟਰਵਿਊ ਕਰਨਾ ਚਾਹੁੰਦਾ ਕਿ ਨਗਰ ਨਿਗਮ ਲੁਧਿਆਣਾ ਦੇ ਵਿੱਚ ਵੀ ਤੁਹਾਡੇ ਦਾਵਾ ਕਰ ਦਿੱਤਾ ਜਾਵੇ ਤੁਸੀਂ ਆਪ ਤੁਹਾਡੀ ਯੋਗ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਨੂੰ ਅਸੀਂ ਪਾਰਟੀ ਪੱਧਰ ਤੇ ਵੀ ਮਾਨ ਯੋਗ ਸਰਦਾਰ ਰਣਜੀਤ ਸਿੰਘ ਜੀ ਢਿੱਲੋਂ ਸਾਹਿਬ ਸਾਡੇ ਪ੍ਰਧਾਨ ਨੇ ਤਮਾਮ ਸਾਡੇ ਪਦਾਧਿਕਾਰੀ ਜੋ ਅਹੁਦੇਦਾਰ ਸਹਿਬਾਨਾਂ ਵਾਲ ਪੁਲਾਤ ਸਾਹਿਬ ਵੀ ਬੀਬੀ ਜੀ ਦਾ ਵੀ ਔਰ ਵਿਸ਼ੇਸ਼ ਤੌਰ ਤੇ ਵਿਪਨ ਸੂਦ ਕਾਕਾ ਜੀ ਦਾ ਉਸ ਆਦਾ ਤਾਂ ਤਮਾਮ ਸਾਰੀ ਟੀਮ ਦਾ ਦਿਲ ਦੀਆਂ ਗਰਾਂਜਾਂ ਜੋ ਬਹੁਤ ਬਹੁਤ ਧੰਨਵਾਦ ਕਰਨਾ ਚਾਹਨਾ ਉਥੇ ਨਾਲ ਦੀ ਨਾਲ ਤੁਹਾਨੂੰ ਬੇਨਤੀ ਕਰਨਾ ਚਰਚਰੀ ਦੋ ਜੋ ਮੁਲਾਜ਼ਮਾਂ ਦੀ ਜਥੇਬੰਦੀ ਆ ਔਰ ਅੰਤਰਗਤ ਸ਼੍ਰੋਮਣੀ ਅਕਾਲੀ ਦਲ ਦੇ ਚੱਲਦੀ ਆ ਓਪੋਜੀਸ਼ਨ ਦੇ ਲੀਡਰ ਨੇ ਹੋਸ਼ਾ ਜੀ ਸਾਡੇ ਯੂਥ ਦੇ ਪ੍ਰਧਾਨ ਨੇ ਔਰ ਤਮਾਮ ਸਾਡੇ ਸਤਿਕਾਰਯੋਗ ਜੋ ਕੌਂਸਲ ਨਗਰ ਕੌਂਸਲਾਂ ਦੇ ਵਿੱਚ ਲਗਭਗ ਅੱਜ 7ਵਾਂ 8ਵਾਂ ਦਿਨ ਹੋ ਚੁੱਕਾ ਸਮਝਦੇ ਹੋਏ ਤੁਸੀਂ ਇਸ ਦੀ ਇੰਪਲੀਮੈਂਟੇਸ਼ਨ ਕਰਾਉਣ ਵਾਸਤੇ ਵਿਸ਼ੇਸ਼ ਆਪਣਾ ਯੋਗਦਾਨ ਜਿਹੜਾ ਕਰੋਗੇ ਤਾਂ ਕਿ ਹੜਤਾਲ ਨਾਮੀ ਜਿਹੜੀ ਇਹ ਬਹੁਤ ਵੱਡੀ ਇੱਕ ਡਿਸੀਜਨ ਜਿਹੜਾ ਵਾ ਉਹ ਨਾਲ ਜਿਹੜਾ ਅੱਗੇ ਵੱਧ ਰਹੀ ਆ ਉਸ ਨੂੰ ਧਿਆਨ ਚ ਰੱਖਦੇ ਹੋ ਲੁਧਿਆਣੇ ਦੇ ਅੰਦਰ ਉਸ ਤੋਂ ਬਾਅਦ ਜੇ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਤੇ ਨਗਰ ਨੇ ਉਹ ਵਿਸ਼ੇਸ਼ ਤੌਰ ਤੇ ਲੁਧਿਆਣੇ ਦੇ ਅੰਦਰ ਅਗਰ ਹੜਤਾਲ ਹੁੰਦੀ ਆ ਤਾਂ ਅਸੀਂ ਆਪਣੀ ਇੱਕ ਜ਼ਿੰਮੇਵਾਰੀ ਜਿਹੜੀ ਆ ਉਹ ਨਿਭਾਉਣ ਲਈ ਤੁਹਾਡੇ ਕੋਲ ਆਇਆ ਪਾਰਟੀ ਪੱਧਰ ਤੇ ਵੀ ਸਾਹਿਬ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ 'ਚ ਅੱਜ ਸਰਕਾਰ ਨੂੰ ਯਾਦ ਕਰਾਉਣ ਵਾਸਤੇ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਕੋਈ ਪੂਰਾ ਤਾਂ ਹੋਇਆ ਨਹੀਂ ਗਰੀਬ ਕੱਚੇ ਮੁਲਾਜ਼ਮ ਜਿਹੜੇ 30-30 ਸਾਲ ਤੋਂ ਕੰਮ ਕਰ ਰਹੇ ਆ ਉਹਨਾਂ ਨੂੰ ਪੱਕਾ ਕਰਨ ਵਾਸਤੇ ਮੇਅਰ ਸਾਹਿਬ ਦੇ ਮਾਰਫਤ ਅਸੀਂ ਉਹਨਾਂ ਨੂੰ ਅੱਜ ਇੱਕ ਚਿੱਠੀ ਭੇਜੀ ਆ ਮੁੱਖ ਮੰਤਰੀ ਸਾਹਿਬ ਨੂੰ ਔਰ ਅਸੀਂ ਆਸ ਕਰਦੇ ਹਾਂ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ ਪੱਕਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਸਤੇ ਜੋ ਚਿੱਠੀ ਦਿੱਤੀ ਆ ਜੋ ਮੈਮੋਰੰਡਮ ਦਿੱਤਾ ਪਹਿਲਾਂ ਵੀ ਬਹੁਤ ਵਾਰ ਦਿੱਤਾ ਵੀ ਇਸ ਵਾਰ ਸਾਡੀ ਸੁਣਵਾਈ ਕਰਨਗੇ ਮੁਲਾਜ਼ਮਾਂ ਨੂੰ ਪੱਕਾ ਕਰਨਗੇ ਔਰ ਜੇਕਰ ਇਹਨਾਂ ਨੇ ਮੁਲਾਜ਼ਮਾਂ ਨੂੰ ਪੱਕਾ ਨਾ ਕੀਤਾ ਤਾਂ ਅਸੀਂ ਫਿਰ ਪਾਰਟੀ ਦੀ ਰਣਨੀਤੀ ਬਣਾ ਕੇ ਅੱਗੇ ਦੀ ਕਾਰਵਾਈ ਕਰਾਂਗੇ ਔਰ ਦੂਜੇ ਨੰਬਰ ਤੇ ਅੱਜ ਜਿਹੜੀ ਨਗਰ ਨਿਗਮ ਦੇ ਵਿੱਚ ਦੋ ਸਾਡੇ ਅਹਿਮ ਮੁੱਦੇ ਸੀ ਉਹਦੇ ਲਈ ਜਿਹੜਾ ਇਹਨਾਂ ਨੇ 13 ਕਰੋੜ ਦੀ ਇੱਕ ਐਡਵਰਟਾਈਜ਼ਮੈਂਟ 'ਚ ਮਾਫੀ ਦਿੱਤੀ ਹੈ ਉਸ ਤੋਂ ਬਿਨਾਂ ਇੱਕ ਇਹਨਾਂ ਨੇ ਟੈਂਪਰੇਰੀ ਬੰਦੇ ਰਿਕਵਰੀ 'ਚ ਰੱਖਣ ਲਈ ਦਿੱਤੇ ਆ 13 ਕਰੋੜ ਦੀ ਜਿਹੜੀ ਰਿਕਵਰੀ ਦੀ ਮਾਫੀ ਦਿੱਤੀ ਆ ਉਹਦੇ ਵਿੱਚ ਮੈਂ ਆਪਣੀ ਪਾਰਟੀ ਵੱਲੋਂ ਕਿਉਂਕਿ ਉਹ ਮਾਫੀ ਬਿਲਕੁਲ ਗਲਤ ਹੈ ਜੇਕਰ ਕਰੋਨਾ ਕਾਲ ਦੇ ਵਿੱਚ ਇੱਕ ਫਰਮ ਨੂੰ 13 ਕਰੋੜ ਦੀ ਮਾਫੀ ਦੇਣੀ ਆ ਤਾਂ ਗਰੀਬ ਲੋਕਾਂ ਨੂੰ ਟੈਕਸ 'ਚ ਮਾਫੀ ਕਿਉਂ ਨਹੀਂ ਦਿੱਤੀ ਕਰੋਨਾ ਦਾ ਔਰ ਮੈਂ ਇਸ ਗੱਲ ਦੇ ਵਿੱਚ ਇਸ ਦੇ ਖਿਲਾਫ ਹਾਈ ਕੋਰਟ ਦਾ ਦਰਵਾਜ਼ਾ ਖੜਕੜਾਇਆ ਬੁੱਧਵਾਰ ਨੂੰ ਨੋਟਿਸ ਆਊਗਾ 13 ਕਰੋੜ ਦੀ ਰਿਕਵਰੀ ਦੇ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਮਾਫੀ ਦੇ ਖਿਲਾਫ ਹੈ ਔਰ ਅਸੀਂ ਜਿਹੜੀ ਰਿਕਵਰੀ ਲਈ ਇਹਨਾਂ ਨੇ ਟੈਂਪਰੇਰੀ ਬੰਦੇ ਰੱਖੇ ਆ ਸ਼੍ਰੋਮਣੀ ਅਕਾਲੀ ਦਲ ਉਹਦਾ ਪੂਰਾ ਵਿਰੋਧ ਕਰਦਾ ਸਾਡੇ ਪ੍ਰਧਾਨ ਸਾਹਿਬ ਨੇ ਪ੍ਰੈਸ ਨੋਟ ਵੀ ਜਾਰੀ ਕੀਤਾ ਔਰ ਅਸੀਂ ਜਿਹੜੇ ਬੰਦੇ ਟੈਂਪਰੇਰੀ ਰੱਖੇ ਕਿਉਂਕਿ ਆਲਰੇਡੀ ਨਗਰ ਨਿਗਮ ਕੋਲ ਇੰਨੇ ਬੰਦੇ ਆ ਉਦੋਂ ਰਿਕਵਰੀ ਕਰਾਈ ਜਾਵੇ ਰਿਕਵਰੀ ਕਰਾਉਣ ਲਈ 100 ਬੰਦਾ ਰੱਖਿਆ ਕੱਚਾ ਮੁਲਾਜ਼ਮ ਦਾ 30-30 ਸਾਲ ਤੋਂ ਇਕੱਲੇ ਡਰਾਈਵਰ ਦੀ ਨੌਕਰੀ ਕਰ ਰਿਹਾ ਉਹਨਾਂ ਨੂੰ ਪੱਕਿਆ ਨਹੀਂ ਕਰਨ ਦੇ ਫਿਰ ਨਵੇਂ ਬੰਦੇ ਰੱਖਣ ਲਈ ਇਹਨਾਂ ਕੋਲ ਪੈਸਾ ਕਿੱਥੇ ਆਊ ਕੱਚੇ ਮੁਲਾਜ਼ਮਾਂ ਨੂੰ ਪਹਿਲਾਂ ਪੱਕਾ ਕੀਤਾ ਜਾਵੇ ਪਹਿਲਾਂ ਵਿਭਾਗਾਂ ਦੇ ਵਿੱਚ ਭਰਤੀ ਕੀਤੀ ਜਾਵੇ ਤਰੀਕੇ ਦੇ ਨਾਲ ਨਾ ਕਿ ਰਿਕਵਰੀ ਕਰਨ ਲਈ ਕੋਈ ਬੰਦੇ ਖਾਸ ਤੌਰ ਤੇ ਆਪਦੇ ਚਹੇਤਿਆਂ ਨੂੰ ਲਾਭ ਦੇਣ ਲਈ ਬਿਲਕੁਲ ਨਾ ਰੱਖੇ ਜਾਣ ਜੇਕਰ ਇਹਨਾਂ ਨੇ ਮਨਮਾਨੀ ਜਾਰੀ ਰੱਖੀ ਇਹਦੇ ਖਿਲਾਫ ਵੀ ਅਸੀਂ ਹਾਈਕੋਰਟ ਦਾ ਦਰਵਾਜ਼ਾ ਖੜਕੜਾਵਾਂਗੇ।